ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਹਰ ਜਾਣਕਾਰੀ ਨੂੰ ਤੁਹਾਡੇ ਰੂਬਰੂ ਕਰਦੀ ਹਰ ਖਬਰ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਆਰਡੀਐਕਸ ਮਾਮਲੇ 'ਚ ਨਵਾਂ ਮੋੜ ਜਗਤਾਰ ਸਿੰਘ ਹਵਾਰਾ ਨੂੰ ਕੀਤਾ ਗਿਆ ਬਰੀ ਸਾਹਮਣੇ ਆਈ ਵੱਡੀ ਖਬਰ ਜਾਗੇ ਮੁੱਖ ਮੰਤਰੀ ਕੈਪਟਨ ਜਲਦੀ ਨੌਜਵਾਨਾਂ ਦੇ ਹੱਥਾਂ 'ਚ ਹੋਣਗੇ ਸਮਾਰਟਫੋਨ ਕੈਪਟਨ ਸਰਕਾਰ ਤੇ ਭੜਕਿਆ ਮਾਨ ਦਾ ਚੀਮਾ ਖੋਲੇ ਰਾਜ ਮਾਰੀਆਂ ਸ਼ਬਦੀ ਚਪੇੜਾਂ ਕੈਪਟਨ ਰਾਜ 'ਚ ਲੱਗਿਆ ਖਾਕੀ ਤੇ ਇੱਕ ਹੋਰ ਕਲੰਕ ਨਸ਼ੇ ਦੀ ਹਾਲਤ 'ਚ ASI ਅਤੇ ਸਿਪਾਹੀ ਨੇ ਕੀਤਾ ਬਲਾਤਕਾਰ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਹੋਈ ਲੜਕੇ ਲੜਕੀ ਦੀ ਕੁੱਟਮਾਰ ਦਾ ਅਸਲ ਸੱਚ ਆਇਆ ਸਾਹਮਣੇ ਪ੍ਰੇਮੀ ਜੋੜਾ ਗਰਦਾਨ ਚਾੜਿਆ ਸੀ ਕੁਟਾਪਾ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਇਕੱਠੇ ਹੋ ਮੌਕੇ ਦੀ ਸਰਕਾਰ ਖਿਲਾਫ਼ ਵਿੱਢੀ ਜੰਗ ਕਪਾਹ ਦੀ ਨਾ ਹੋ ਰਹੀ ਖਰੀਦ ਨੇ ਭੜਕਾਏ ਕਿਸਾਨ ਹੁਣ ਖਬਰਾਂ ਵਿਸਤਾਰ ਨਾਲ ਹੁੰਦੀ ਸਭ ਤੋਂ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਆਰਡੀਐਕਸ ਮਾਮਲੇ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਵਰੀ ਕਰ ਦਿੱਤਾ ਗਿਆ ਜੀ ਹਾਂ ਕੀ ਹੈ ਪੂਰਾ ਮਾਮਲਾ ਉਸ ਨੂੰ ਜਾਣਨ ਦੇ ਲਈ ਆਪਾਂ ਰੁੱਖ ਕਰਦੇ ਹਾਂ ਸਟੂਡੀਓ ਵੱਲ ਇਸ ਵੇਲੇ ਦੀ ਵੱਡੀ ਖਬਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ AK-56 ਅਤੇ ਆਰਡੀਐਕਸ ਰੱਖਣ ਦੇ ਮਾਮਲੇ ਵਿੱਚ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਵਿੱਚ 1995 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀਗਾ ਪਹਿਲਾਂ ਅਣਪਛਾਤਿਆਂ ਦੇ ਉੱਤੇ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਸ ਮਾਮਲੇ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਸੀ ਹੁਣ ਉਸ ਮਾਮਲੇ 'ਤੇ ਅੱਜ ਫੈਸਲਾ ਆਇਆ ਹੈ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਚੱਕ ਦੇ ਟੀਵੀ 'ਤੇ ਇਸ ਵੇਲੇ ਦੀ ਤੁਸੀਂ ਵੱਡੀ ਖਬਰ ਦੇਖ ਰਹੇ ਹੋ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ 1995 ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਦੇ ਉੱਤੇ ਸੁਣਵਾਈ ਹੁੰਦੀ ਰਹੀ ਅਤੇ ਅੱਜ ਫੈਸਲਾ ਸੁਣਾਉਂਦੇ ਹੋਏ ਇਸ ਮਾਮਲੇ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਭਾਈ ਜਗਤਾਰ ਸਿੰਘ ਹਵਾਰਾ ਦੇ ਉੱਤੇ ਇੱਕ ਮਾਮਲਾ ਹੋਰ ਜਿਹੜਾ ਹੈ ਉਹ ਪੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਅਗਰ ਉਸ ਮਾਮਲੇ 'ਤੇ ਵੀ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋ ਜਾਂਦੇ ਨੇ ਉਹ ਮਾਮਲੇ ਦੀ ਦਾ ਫੈਸਲਾ ਜਿਹੜਾ ਹੈ ਉਹ ਭਲਕੇ ਆਵੇਗਾ ਭਲਕੇ ਵੀ ਸਾਡੀ ਨਿਗਾਹ ਉਸ ਫੈਸਲੇ ਦੇ ਉੱਤੇ ਲਗਾਤਾਰ ਬਣੀ ਰਹੇਗੀ ਜੇਕਰ ਭਲਕੇ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋ ਜਾਂਦੇ ਨੇ ਭਲਕੇ ਜਿਹੜੇ ਇਸ ਮਾਮਲੇ ਦੀ ਸੁਣਵਾਈ ਹੋਏਗੀ ਉਸ ਮਾਮਲੇ ਦੇ ਵਿੱਚ ਅਗਰ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋ ਜਾਂਦੇ ਨੇ ਤਾਂ ਉਹਨਾਂ ਦੀ ਰਿਹਾਈ ਦਾ ਜਿਹੜਾ ਇੱਕ ਲੰਮੇ ਸਮੇਂ ਤੋਂ ਮੰਗ ਹੋ ਰਹੀ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਸਜ਼ਾ ਸੀਗੀ ਜਿਹੜੀ ਉਮਰ ਕੈਦ ਦੀ ਸਜ਼ਾ ਉਹ ਭੁਗਤ ਰਹੇ ਸੀ ਉਹ ਸਜ਼ਾ ਉਹਨਾਂ ਦੀ ਮੁਆਫ਼ ਕੀਤੀ ਜਾਵੇ ਅਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਉਹਨਾਂ ਦੀ ਪੈਰੋਲ ਵਾਸਤੇ ਵੀ ਲੰਮੇ ਟਾਈਮ ਤੋਂ ਯਤਨ ਕੀਤੇ ਜਾ ਰਹੇ ਸੀ ਉਹਨਾਂ ਯਤਨਾਂ ਨੂੰ ਬੂਰ ਪੈਂਦਾ ਹੁਣ ਨਜ਼ਰ ਆ ਰਿਹਾ ਹੈ 1995 ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਇੱਕ ਲਿਸਟ ਵੀ ਭੇਜੀ ਸੀਗੀ ਜਿਨ੍ਹਾਂ ਕੈਦੀਆਂ ਦੀ ਸਜ਼ਾ ਮੁਆਫ਼ ਕਰਨੀ ਸੀ ਸਿਰਫ ਭਾਈ ਜਗਤਾਰ ਸਿੰਘ ਹਵਾਰਾ ਦੀ ਸਜ਼ਾ ਨੂੰ ਲੈ ਕੇ ਉਸ 'ਤੇ ਤਲਵਾਰ ਇਸ ਲਈ ਲਟਕ ਗਈ ਕਿ ਭਾਈ ਜਗਤਾਰ ਸਿੰਘ ਹਵਾਰਾ 'ਤੇ ਦੋ ਮਾਮਲੇ ਪੈਂਡਿੰਗ ਚੱਲ ਰਹੇ ਸੀਗੇ ਅਤੇ ਮਾਮਲੇ ਜਦ ਪੈਂਡਿੰਗ ਚੱਲਦੇ ਆ ਜਿਨ੍ਹਾਂ ਦੀ ਹੇਅਰਿੰਗ ਹੁੰਦੀ ਹੈ ਜਿਹੜੇ ਮਾਮਲਿਆਂ 'ਤੇ ਹਾਲੇ ਫੈਸਲਾ ਆਉਣ ਵਾਲਾ ਹੁੰਦਾ ਹੈ ਉਸ ਕੈਦੀ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਸਿਰਫ ਇਸ ਵਜ੍ਹਾ ਕਰਕੇ ਉਹਨਾਂ ਦੀ ਰਿਹਾਈ 'ਤੇ ਤਲਵਾਰ ਲਟਕ ਗਈ ਸੀ ਅਤੇ ਹੁਣ ਜੇਕਰ ਭਲਕੇ ਆਉਣ ਵਾਲੇ ਫੈਸਲੇ ਦੇ ਵਿੱਚ ਵੀ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋ ਜਾਂਦੇ ਨੇ ਤਾਂ ਇਹ ਇੱਕ ਵੱਡਾ ਅਤੇ ਇਤਿਹਾਸਿਕ ਫੈਸਲਾ ਹੋਵੇਗਾ ਅਤੇ ਉਹਨਾਂ ਦੀ ਰਿਹਾਈ ਦਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਰਿਹਾਈ ਦਾ ਰਾਸਤਾ ਵੀ ਸਾਫ਼ ਹੋ ਜਾਵੇਗਾ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਅਤੇ ਭਲਕੇ ਵੀ ਸਾਡੀ ਨਿਗਾਹ ਇਸ ਖਬਰ ਦੇ ਉੱਤੇ ਲਗਾਤਾਰ ਬਣੀ ਰਹੇਗੀ ਅਤੇ ਸਭ ਤੋਂ ਪਹਿਲਾਂ ਅਸੀਂ ਚੱਕਦੇ ਟੀਵੀ 'ਤੇ ਤੁਹਾਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਕੈਪਟਨ ਸਾਹਿਬ ਜਾਗ ਚੁੱਕੇ ਨੇ ਅਤੇ ਉਹਨਾਂ ਨੂੰ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਵੀ ਚੇਤੇ ਆ ਗਏ ਨੇ ਜੀ ਹਾਂ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਅਨੁਸਾਰ ਕੈਪਟਨ ਸਾਹਿਬ ਵੱਲੋਂ ਐਲਾਨ ਕੀਤੇ ਗਏ ਸਮਾਰਟਫੋਨ ਜਲਦ ਨੌਜਵਾਨਾਂ ਦੇ ਹੱਥਾਂ 'ਚ ਹੋਣਗੇ ਦੇਖੋ ਕੀ ਹੈ ਪੂਰੀ ਖਬਰ ਸੂਬਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਵੇਲੇ ਸੂਬੇ ਦੇ ਨੌਜਵਾਨਾਂ ਨਾਲ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਨੌਜਵਾਨਾਂ ਨਾਲ ਕੀਤਾ ਹੋਇਆ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਸ ਦੇ ਚੱਲਦੇ ਸੋਸ਼ਲ ਮੀਡੀਆ ਤੇ ਅਕਸਰ ਹੀ ਸਰਕਾਰ ਨੂੰ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਨਾ ਪੈਂਦਾ ਸੀ ਇੰਨਾ ਹੀ ਨਹੀਂ ਗਾਹੇ ਬਗਾਹੇ ਵਿਰੋਧੀ ਵੀ ਡੰਮੀ ਫੋਨਾਂ ਦੇ ਸਟਾਲ ਲਗਾ ਸੂਬਾ ਸਰਕਾਰ ਤੇ ਚੁਟਕੀ ਲੈਣ ਦਾ ਕੋਈ ਮੌਕਾ ਨਹੀਂ ਛੱਡਦੇ ਸਨ ਪਰ ਹੁਣ ਸੂਬਾ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਤੇ ਸਰਕਾਰ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ
मन बना लिया लगता है। हालांकि सरकार ने इस वादे तहत प्रोजेक्ट नूं पहला ही हरी झंडी दे दित्ती सी अते हुण इस बाबत सरकार ने टेंडर कढ इह संकेत दे दित्ते हन कि जल्दी ही पंजाब दे नौजवानां दे हथ विच स्मार्टफोन होणगे। हालांकि कैप्टन अमरिंदर सिंह विदेश गए हन ते टेंडर अलॉट होण विच थोड़ा समां लग सकता है अते फिर नौजवानां नूं स्मार्टफोन मिलन दा रास्ता साफ हो जाएगा। बीते समय तो ही कैप्टन सरकार वादा खिलाफी कारण विरोधियों का निशाना बनी हुई है, पर विरोधी धिर के लीडर हरपाल चीमा ने कैप्टन सरकार नूं लपेटे च लैंदियां अजिहे तिखे वार किए ने कि सुन सब दे मूँह अड्डे रह गए। देखो चीमा साहब वालों कैप्टन साहब के किहड़े किहड़े परदे फोले गए ने। देखो सब नूं पहला पता भी कांग्रेस पार्टी बिल्कुल झूठे वादे करती है, झूठ बोलती है। पहला चोण मैनीफेस्टो जारी किया उस झूठ बोले कि पंजाब नूं जिहड़ा हर घर च नौकरी दे देंगे, पंजाब के किसानों का कर्जा माफ़ कर देंगे। हुण दोबारा झूठ बोले विधानसभा च कहिंदे असीं कोई सहूलतां नहीं लवांगे। ठीक है, हुण सहूलतां लै रहीआं ने। सो इत्थों पता लगता कि कांग्रेस पार्टी जिहड़ी हैगी आ उह पंजाब दे खजाने लुट्टण लगी हुई और लगातार उहदी लुट्ट जारी आ। इह जिहड़े विधायक ने जिहड़े सलाहकार लाए ने हुण तक इन्हें एक भी सलाह नहीं दी हैगी। लगभग 1 करोड़ रुपए तो उपर का जिहड़ा खजाने का पैसा सी जिहड़े हैगे ने MLA साहिबान जो होर सलाहकार लै चुके ने। सो मैं समझदा गा 100 करोड़ रुपया। सो मैं समझदा गा कि यह लुट्ट जिहड़ी हैगी एक ऑर्गेनाइज तरीके दे नाल एक पलानिंग दे तरीके नाल पंजाब दे खजाने लुट्ट हो रही आ। सो लुट्ट तुरंत बंद होनी चाहीदी आ। एक पासे तां हिंदुस्तान का संविधान कैप करदा गा, हिंदुस्तान का संविधान कहिंदा कि इस तों बाद जिहड़े हैगे नेगे कैबिनेट मिनिस्टर नहीं बनाए जाणगे, पर दूजे पासे चोर मोरियां पैदा करके दूजे पासे कानून नूं मिसयूज करके दूजे पासे जिहड़ी आ एबसोल्यूट मेजोरिटी कांग्रेस पार्टी नूं मिली आ उहदा दुरउपयोग करके इस तरहां दे कानून बनाए जा रहे। सो इह पंजाब दे लोकां दे लई बहुत घातक कानून नेगे और पंजाब दा खजाना एक तरीके दे नाल जिहड़ी कांग्रेस पार्टी लुट रही है। बहुत सारे विधायकों के बहुत सारे मिनिस्टरां के इस तरह के बिहेवियर इस तरह का रवैया सामने आया कि वह औरतों प्रति गलत बोलते हैं, वो समाज के जिहड़े हैगा होर बहुत सारे तबकों के प्रति गलत बोलते हैं। सो इस तरह की शोभा जिहड़ी भाषा शोभा नहीं देती है, पर लेकिन जिहड़े भी व्यक्ति ने जिस तरह तुसीं दस्सिया बोलिया गा तो उहदे खिलाफ़ सख्त कार्रवाई होनी चाहीदी आ। और मैं समझदा कि इस समय पंजाब विच पंजाब लवारस बनया होया, पंजाब विच कानून नां दी कोई चीज़ नहीं हैगी। जिहड़े कांग्रेस पार्टी के चाहे वह कोई MLA साहिबान ने चाहे मिनिस्टर साहिबान ने या कोई होर कार्यकर्ता नेगे सारे जिहड़े हैगी आ अधिकारां दा दुरउपयोग कर रहे हैं। बरनाले दे थाने तल्लेवाल च तैनात एक ASI अते सिपाही दी इक अजिही करतूत सामने आई आ जिसने पूरे पंजाब दी पुलिस दे मत्थे ते कलंक मर दिता। मामला एक औरत नाल होए बलात्कार दा जो शराब दे नशे च एक ASI अते एक होर पुलिस अधिकारी वालों कीता गया। देखो की है पूरी खबर। कैप्टन राज च आए दिन पंजाब पुलिस की कोई ना कोई अजिही करतूत सामने आ जाती है जिस नाल पूरे पुलिस प्रशासन के मत्थे ते कलंक मड़िया जाता। उच्च अधिकारियों ते सरकार की ढिली कारगुजारी का ही नतीजा है कि पुलिस दियां करतूतां दा चिट्ठा लम्मा हुंदा जा रहा। पर इस बार पुलिस की जो करतूत सामने आई है उसने जिथे खाखी नूं लोकां दा निशाना ते नफरत का शिकार बना दिता उत्थे ही कई तरह के सवाल भी खड़े किए ने। जी हाँ, बरनाला दे थाने टल्लेवाल च तैनात एक ASI अते सिपाही दी इक अजिही करतूत सामने आई आ जिसने पूरे पंजाब दी पुलिस दा मूंह काला कर दिता। मामला एक औरत नाल होए बलात्कार दा जो एक ASI अते सिपाही वालों कीता गया। पीड़ित दे ही मूंहों सुनो कि आखिर मामला है की सी। सर जी, ये मतलब कि मेरे नाल जबरदस्ती 307 दा परचा होया सीगा जी, कश्मीर सिंह ते पिंड भाई रूपा जी। उदों बाद सर जदों ते परचा हो गया 8:30 बजे नाल सारे मुलाजम चले गए जी आपो अपने घरों, तो उन्होंने परचा दर्ज हो गया सीगा ते वो मौके तो फरार सीगे। उदू बाद जो सारा कुछ शांत हो गया कि 8:30 बजे बलदेव थानेदार ते तरन कुमार सर ये साढ़े घर आए। 10:30 बजे मैनू कहिंदे कि थोड़े बयान लेने आ ते तुसी साढ़े नाल चलो पटियाले। सर मैं घर कल्ली होने कारण मैं एक मेरा चा ताया रहिंदा जी मेरे कोल ते जी ताए कोल बच्चे छड्ड के मैं आपदे इन्हां दे नाल चली गई जी। एक जी जो मैं गांह गड्डी जाके देखा जी एक सिविल सीगा जी मुलाजम, मैनू नहीं पता भी वह कौन सीगा। उदू बाद सर ये मैनू जी असी भी मतलब कि जिहड़ा तरन कुमार आ सर वो गड्डी ड्राइव कर रहा सीगा, जिहड़ा एक सिविल सीगा जी दूजे पासे बैठा सीगा कनैक्टर साइड जी। बलदेव सिंह मेरे नाल बैक साइड बह गया जी। असी जाते हुए जी फिर थाने आए जी इत्थे, फिर जी असी सरकारी हस्पताल च आए जी, फिर असी पटियाले गए जी जिहड़े जिहड़े बंदे ने गोलियां लगियां सी उन्हां दा पता लिता जी। तो उदू बाद सर असी 2:30 बजे वापस आए जी।
ਜਦੋਂ 2:30 ਵਜੇ ਵਾਪਸ ਆਏ ਜੀ, ਆਉਂਦੇ ਹੋਏ ਨੇ ਜੀ, ਇਹਨਾਂ ਨੇ ਪੈਗ ਪੁੱਗ ਲਾਇਆ ਜੀ, ਮੈਨੂੰ ਵੀ ਪੀਣ ਨੂੰ ਕੋਲਡ ਡਰਿੰਕ ਵਗੈਰਾ ਦਿੱਤੀ ਜੀ। ਉਦੋਂ ਬਾਅਦ ਸਰ ਇਹ ਜਦੋਂ ਫਸਟ ਟੋਲ ਪਲਾਜ਼ਾ ਹੁੰਦਾ ਜੀ, ਉਦੋਂ ਬਾਅਦ ਜੀ ਇਹਨਾਂ ਨੇ ਕੀ ਕੀਤਾ ਜੀ, ਜਿਹੜਾ ਬਲਦੇਵ ਸਿੰਘ ਥਾਣੇਦਾਰ ਆ ਜੀ, ਇਹ ਗੱਡੀ ਚਲਾਉਣ ਲੱਗ ਗਿਆ ਜੀ, ਤਰਨ ਪਿੱਛੇ ਆ ਗਿਆ ਜੀ। ਤਰਨ ਕੁਮਾਰ ਨੇ ਜੀ ਮੇਰੇ ਨਾਲ ਰੇਪ ਕੀਤਾ ਚੱਲਦੀ ਗੱਡੀ 'ਚ। ਅਗਲੇ ਟੋਲ ਪਲਾਜ਼ਾ ਆਉਣ ਤੋਂ ਪਹਿਲਾਂ ਤਰਨ ਕੁਮਾਰ ਪਿੱਛੇ 'ਚ ਅੱਗੇ ਡਰਾਈਵਰ ਸਾਈਡ ਚਲਿਆ ਗਿਆ ਜੀ, ਅਤੇ ਬਲਦੇਵ ਸਿੰਘ ਮੇਰੇ ਪਿੱਛੇ ਆ ਗਿਆ ਜੀ, ਪਿੱਛੇ ਬਹਿ ਗਿਆ ਜੀ ਮੇਰੇ ਨਾਲ। ਉਦੋਂ ਬਾਅਦ ਸਰ ਫਿਰ ਇਹ ਅਸੀਂ ਚੱਲਦੀ ਗੱਡੀ 'ਚ ਸਰ ਇਹ ਮੇਰੇ ਨਾਲ ਸ਼ਰਾਰਤਾਂ ਵਗੈਰਾ ਕਰਦਾ ਆਇਆ ਸਰ। ਇਹਨਾਂ ਨੇ ਮੈਨੂੰ ਪਹਿਨਣ ਨੂੰ ਕੱਪੜੇ ਵੀ ਨਹੀਂ ਸੀ ਦਿੱਤੇ। ਬਲਦੇਵ ਸਿੰਘ ਜੀ ਮੈਨੂੰ ਨਹੀਂ ਪਤਾ ਮੈਨੂੰ ਕਿਹੜੀ ਦੀ ਜਗ੍ਹਾ, ਮੈਨੂੰ ਨਹੀਂ ਪਤਾ ਰਾਤ ਨੂੰ ਨੇਰ 'ਚ ਕਿੱਥੇ ਲੈ ਕੇ ਗਿਆ ਜੀ, ਮੈਨੂੰ ਕਿਸੇ ਅਣਜਾਣ ਜਗ੍ਹਾ 'ਤੇ ਲੈ ਕੇ ਸਰ ਇਹਨੇ ਮੇਰੇ ਨਾਲ ਰੇਪ ਕੀਤਾ। ਫਿਰ ਸਰ ਇਹ ਮੈਨੂੰ 5:40 'ਤੇ ਸਰ ਮੈਨੂੰ ਘਰ ਛੱਡ ਗਿਆ ਜੀ। ਜੇ ਬੰਦੇ ਨੇ ਸਰ ਮੇਰੇ ਨਾਲ ਕੁਛ ਵੀ ਨਹੀਂ ਕੀਤਾ ਸਰ, ਵੀ ਰਾਤ ਮੇਰਾ ਮੈਡੀਕਲ ਹੋਇਆ ਸੀਗਾ ਜੀ। ਸਰ ਮੈਂ ਤਾਂ ਇਹ ਕਹਿੰਦੇ ਪੁਲਿਸ ਤੋਂ ਜੀ ਨੌਕਰੀ ਤੋਂ ਲਾਈ ਜਾਵੇ ਸਰ, ਹੁਣ ਅੱਜ ਉਹਨਾਂ ਨੇ ਮੇਰੇ ਨਾਲ ਕੀਤਾ, ਕੱਲ੍ਹ ਸਰ ਕਿਸੇ ਨਾਲ ਹੋਰ ਵੀ ਕਰ ਸਕਦੀ ਹੈ। ਮੈਂ ਤਾਂ ਇਹੀ ਮੰਗ ਕਰਦੀ ਹਾਂ ਵੀ ਉਹਨਾਂ ਨੂੰ ਨੌਕਰੀ ਤੋਂ ਲਾ ਹੀ ਜਾਵੇ ਜੀ, ਹੋਰ ਤਾਂ ਮੈਂ ਹੁਣ ਨਹੀਂ ਪਰਚੇ ਨਹੀਂ ਸੀ ਕਰਦੀ ਜੀ ਮੈਂ। ਉੱਧਰ ਇਸ ਮਾਮਲੇ 'ਚ ਪੀੜਤ ਦੇ ਪਿਤਾ ਨੇ ਇਨਸਾਫ ਦੀ ਗੁਹਾਰ ਲਗਾਈ ਆ। ਇਹ ਸਰ ਮੇਰੀ ਬੇਟੀ ਸੀ, ਅਤੇ ਇਹਨਾਂ ਨੇ ਥਾਣੇਦਾਰ ਬਲਦੇਵ ਸਿੰਘ ਅਤੇ ਤਰਨ ਕੁਮਾਰ ਇੱਕ ਮੁੰਡਾ ਨੂੰ ਫਸਾਤਾ ਜੀ, ਜਾਂ ਗੱਡੀ 'ਚ ਬੈਠਾ ਜੀ, ਘਰ ਉੱਤਰ ਕੇ ਨਹੀਂ ਆਇਆ। ਅਤੇ ਇਹਨਾਂ ਨੇ ਰਾਤ ਨੂੰ 10:30 ਵਜੇ ਕਹਿੰਦੇ ਐਂ ਕਰਕੇ ਅਤੇ ਬਿਆਨ ਲੈਣੇ ਆ, ਤੁਹਾਡਾ ਬੰਦਾ ਉਹ ਮਲਕ ਦਾ ਪੂਰਾ ਹੋ ਗਿਆ ਵੀ ਮਰ ਗਿਆ, ਉਹ ਜਿਹਦੇ ਫੈਰ ਵੱਜਿਆ ਸੀਗਾ। ਅਤੇ ਇਹਨਾਂ ਨੇ ਰਾਹ 'ਚ ਆਉਂਦਿਆਂ ਉਹਨਾਂ ਨੇ ਕੁੜੀਆਂ ਧੱਕਾ ਕੀਤਾ ਜੀ, ਰੇਪ ਕੀਤਾ। ਪੁਲਿਸ ਕਰਮੀਆਂ ਦਾ ਕੀ ਕਹਿਣਾ ਜੀ, ਜਿਹੜੇ ਜੋ ਖੇਤ ਬਾੜੀ ਖੇਤ ਨੂੰ ਖਾਣ ਲੱਗ ਗਈ, ਕੀ ਬਚੂ, ਕੀ ਰਹੂ ਹੇਠ, ਕੀ ਦੁਨੀਆ 'ਤੇ। ਪਰ ਉਹੀ ਆ, ਇਹੀ ਟੱਲਿਆਂ ਲੱਗੇ ਹੋਏ ਆ, ਇਹੀ ਕਹਿੰਦੇ ਪਹਿਲਾਂ ਡਿਊਟੀ ਸਾਹਿਬ ਆਏ ਸੀ ਤਪੇ ਤੋਂ, ਅਤੇ ਉਦੋਂ ਉਹ ਆ ਕੇ ਮੁੜ ਗਏ ਸਾਰੇ, 8:00 ਕੁ ਵਜੇ ਉਹ ਸਾਰੇ ਮੁੜ ਗਏ ਸੀਗੇ ਜੀ। ਇਹ ਉਦੋਂ ਬਾਅਦ 10:15 ਵਜੇ ਆਇਆ ਗਾ, ਸਾਡੇ ਕੋਲ ਕੈਮਰੇ ਦੀ ਲੋਕੇਸ਼ਨ ਕੋਈ ਸਰ, ਅਤੇ 10:15 ਵਜੇ ਆ ਕੇ ਮੇਰੀ ਇਕੱਲੀ ਬੇਟੀ ਨੂੰ ਅਤੇ ਮੇਰੇ ਭਾਈ ਨੂੰ ਕਹਿੰਦਾ ਕੋਈ ਨਾ ਬਾਪੂ ਤੂੰ ਸੌਂ ਜਾ, ਅਤੇ ਅਸੀਂ ਇਹਦੇ ਬਿਆਨ ਲੈ ਕੇ ਛੱਡ ਜਾਵਾਂਗੇ, ਅਤੇ ਛੱਡ ਕੇ ਤੜਕੇ ਗਏ। ਮੰਗ ਅਸੀਂ ਕਰਦੇ ਜੀ, ਇਹਨਾਂ ਨੂੰ ਕਹਿੰਦਾ ਸਖ਼ਤ ਸਜ਼ਾ ਹੋਵੇ, ਨੌਕਰੀ ਤੋਂ ਡਿਸਮਿਸ ਹੋਣ ਜੀ, ਜੇਲ੍ਹ ਜਾਣ, ਜੇਲ੍ਹ 'ਚ ਸਖ਼ਤ ਸਜ਼ਾ ਹੋਵੇ ਜੀ, ਇਹਨਾਂ ਨੂੰ ਸਖ਼ਤ ਸਜ਼ਾ ਅਸੀਂ ਵੀ ਕਰਾਵਾਂਗੇ ਗਵਾਹਾਂ ਦੇ ਕੇ ਜੀ, ਇਸ ਦਾ ਅਸੀਂ ਕਹਿੰਦੇ ਜੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਜੀ। ਬਰਨਾਲਾ SSP ਹਰਜੀਤ ਸਿੰਘ ਦਾ ਇਸ ਮਾਮਲੇ ਦੀ ਜਾਂਚ ਬਾਰੇ ਕੀ ਕਹਿਣਾ ਹੈ, ਦੇਖੋ। ਇਹ ਸਾਡੇ ਦਫ਼ਤਰ ਇੱਥੇ ਇੱਕ ਪੀੜਤਾ ਵੱਲੋਂ ਦਰਖਾਸਤ ਦਿੱਤੀ ਗਈ ਸੀ, ਜਿਹਦੇ ਵਿੱਚ ਕਿ ਇੱਕ ASI ਔਰ ਹੈੱਡ ਕੌਂਸਟੇਬਲ ਅਤੇ ਇੱਕ ਨੋਰਮਲ ਨਾਗਰਿਕ ਦੇ ਖਿਲਾਫ਼ ਇਹ ਦਰਖਾਸਤ ਸੀ ਬਲਾਤਕਾਰ ਦੀ। ਇਹਦੇ ਉੱਤੇ ਸਾਡੇ ਵੱਲੋਂ ਥਾਣਾ ਟੱਲੇਵਾਲ ਦੇ ਵਿੱਚ 73 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਹੈ ਔਰ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ। ਇਸ ਦੇ ਵਿੱਚ 2 ਜਿਹੜੇ ਮੁਜਰਮ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਔਰ ਇਹਦੇ ਵਿੱਚ ASI ਬਲਦੇਵ ਸਿੰਘ ਅਤੇ ਹੈੱਡ ਕੌਂਸਟੇਬਲ ਤਰੁਣ ਜਿਹੜੇ ਨੇ ਕਿ ਮੁੱਖ ਮੁਜਰਮ, ਉਹਨਾਂ ਵੱਲੋਂ ਦਰਸਾਏ ਗਏ ਆ ਦਰਖਾਸਤ ਦੇ ਵਿੱਚ। ਔਰ ਇੱਕ ਜਿਹੜਾ ਹੈਗਾ ਵਿਅਕਤੀ ਜਿਹੜਾ ਗਹਿਲ ਪਿੰਡ ਦਾ ਰਹਿਣ ਵਾਲਾ ਹੈ, ਉਹ ਉਸਨੂੰ ਵੀ ਉਹਨਾਂ ਨੂੰ ਮੁਜਰਮ ਠਹਿਰਾਇਆ ਗਿਆ ਹੈ ਔਰ ਉਹਨਾਂ ਦੀ ਦਰਖਾਸਤ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਔਰ ਬਾਕੀ ਤਫਤੀਸ਼ ਜਾਰੀ। 376 IPC ਔਰ 34 IPC ਦੀ ਧਾਰਾ ਤਹਿਤ ਇਹ ਮੁਕੱਦਮਾ ਦਰਜ ਕੀਤਾ। ਸੋਸ਼ਲ ਮੀਡੀਆ 'ਤੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਸਿੱਖਾਂ ਵੱਲੋਂ ਸ਼੍ਰੀ ਗੁਰਦੁਆਰਾ ਭੋਰਾ ਸਾਹਿਬ 'ਚ ਇਕੱਠੇ ਬੈਠੇ ਮੁੰਡਾ ਕੁੜੀ 'ਤੇ ਗਲਤ ਹਰਕਤਾਂ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਅਤੇ ਮੁੰਡੇ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਹੁਣ ਇਹ ਮਾਮਲਾ ਕਾਫੀ ਤੁਲ ਫੜ ਚੁੱਕਿਆ। ਸੂਬੇ ਦੀ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਤੋਂ ਲੱਗਦਾ ਹੈ ਕਿ ਖਾਕੇ ਦਾ ਡਰ ਲੋਕਾਂ ਦੇ ਮਨਾਂ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਅਤੇ ਗੁੰਡਾ ਤੰਤਰ ਇਸ ਕਦਰ ਵੱਧ ਰਿਹਾ ਹੈ ਜਿਵੇਂ ਖੁਦ ਹੀ ਕਾਨੂੰਨ ਅਤੇ ਖੁਦ ਹੀ ਸਜ਼ਾ ਦੇਣ ਦਾ ਇੰਨਾ ਠੇਕਾ ਲੈ ਰੱਖਿਆ ਹੋਵੇ। ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਹੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੌਣ ਹੈ? ਪੱਕੀ ਗੱਲ ਕਰਵਾ, ਗੱਲ ਕਰਵਾ। ਮਾਮਲਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦਾ, ਜਿੱਥੇ ਇੱਕ ਲੜਕਾ ਅਤੇ ਲੜਕੀ ਸ਼੍ਰੀ ਗੁਰਦੁਆਰਾ ਭੋਰਾ ਸਾਹਿਬ ਵਿਖੇ ਬੈਠੇ ਪਾਠ ਸੁਣ ਰਹੇ ਸਨ। ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਇੱਕ ਗਿਆਨੀ ਸਿੰਘ ਨੇ ਉਹਨਾਂ ਕੋਲ ਆ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਅੰਗੇਜਮੈਂਟ ਵੀ ਹੋਈ ਆ, ਫਿਰ ਵੀ ਨੀ ਤੁਹਾਨੂੰ ਇੱਥੇ ਸਾਊਟੀ ਕੋਈ ਬੈਠਣ ਦੀ ਕਰਾ ਗੱਲ ਤੋਂ ਅੰਗੇਜਮੈਂਟ ਗਲਤੀ ਹੋ ਗਈ ਕਰਾ ਗੱਲ।
मौके ते पीड़ित लड़के अते लड़की तो पुछगिछ करन वालियां ने उसनू प्रेमी जोड़ा दसदियां कहा कि वह गुरु घर विच गलत हरकतां करदे सन। इन्ने विच मामला थोड़ा अगे वधदा है अते लड़के लड़की वल्लों यह दस्या गया कि उन्हां दा रिश्ता हो चुका है अते थोड़े ही समय विच वह व्याह करवाउण जा रहे हन। कौन है? मौके ते मौजूद लोग उन्हां दे घर फोन लगा के जानकारी लेना शुरू कर दिंदे ने। फोन कट्टन तो बाद शुरू हुंदी है लड़के अते लड़की दी मार कुटाई। मार कुटाई दा ए वीडियो बना सोशल मीडिया ते वायरल कर दिता जांदा है। कौन है? गुरुद्वारा श्री फतेहगढ़ साहब भूरा साहब के बीच चल गिर आ जा भी लेना सी तेरे गल करनी है। मैं इतने दंदियां कड़ कड़ गल मार दी कमाल करी जाने अजा इधर हेडा साइड से ਇੰਗੇਜਮੈਂਟ ਵੀ ਹੋਈ ਆ ਫਿਰ ਵੀ ਨਹੀਂ ਤੁਹਾਨੂੰ ਇੱਥੇ ਸਾਊਟੀ ਕੋਈ ਬੈਠਣ ਦੀ ਕਰਾ ਗੱਲ ਤੋਂ ਇੰਗੇਜਮੈਂਟ ਬਈ ਗਲਤੀ ਹੋ ਗਈ ਕਰਾ ਗੱਲ ਐਡੀ ਮਹਾਨ ਸ਼ਹੀਦਾਂ ਦੀ ਧਰਤੀ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਉਹ ਸ਼ਹੀਦ ਸਿੰਘ ਨੇ ਜਦੋਂ ਚੱਪਣੀਆਂ ਕੋਲ ਆਈ ਸੀ ਨਾ ਦਵਾਰ ਤੇ ਕਹਿੰਦਾ ਨੀ ਸਿੱਖੀ ਦੀ ਨਹੀਂ ਆ ਇਹ ਇੱਥੇ ਸਾਡੀਆਂ ਚੱਪਣੀਆਂ ਲਾ ਦਿਓ ਪਰ ਪਿੱਟ ਹਾਂ ਡੈਡੀ ਨਾਲ ਕਰਵਾ ਲਾ ਤੂੰ ਕਰਵਾਏਗਾ ਆਪਣੀ ਡੈਡੀ ਨਾਲ ਲਿਆ ਵੀ ਛੱਡ ਦੇ ਕੀ ਨਾਂ ਕੁੜੀ ਦਾ ਜਸਪ੍ਰੀਤ ਜਸਪ੍ਰੀਤ ਸਿੰਘ ਜੀ ਤੁਹਾਡਾ ਬੇਟਾ ਇਹਦੀ ਇੰਗੇਜਮੈਂਟ ਕਿਉਂ ਨਹੀਂ ਕਰਵਾ ਰਹੇ ਤੁਸੀਂ ਇਹਦੀ ਇੰਗੇਜਮੈਂਟ ਕਿਉਂ ਨਹੀਂ ਕਰਵਾ ਰਹੇ ਜੀ ਕਰਵਾ ਦੀ ਇੰਗੇਜਮੈਂਟ ਇਹਦੀ ਕਰਵਾਉਣੀ ਆ ਮੈਂ ਕਿਹਾ ਇੰਗੇਜਮੈਂਟ ਕਰਵਾ ਦੀ ਇਹਦੀ ਮੰਗਣੀ ਹੈ ਜੀ ਕੋਈ ਨੀ ਹਲੇ ਹਲੇ ਹੋਈ ਨੀ ਕੋਲੇ ਖੜਾ ਜੀ ਫਰੈਂਡ ਬੋਲਦਾ ਵਾ ਡਰ ਰਹੇ ਨੇ ਵਿਚਾਰੇ ਹੋਈ ਹੋਈ ਨੀ ਕਰਵਾਈ ਨੀ ਹਲੇ ਜਾਣੀ ਕਿ ਹੋਈ ਨੀ ਹਲੇ ਅੰਗੇਜਮੈਂਟ ਚਲੋ ਠੀਕ ਹੈ ਜੀ ਫਿਰ ਇੱਧਰ ਵੀ ਗੱਲ ਚੱਲਦੀ ਹੈ ਕਰ ਜੀ ਦੂਜੀ ਮੇਰੇ ਸਾਹਮਣੇ ਗੱਲ ਹੈ ਇੱਕ ਮਿੰਟ ਰੇ ਹਰ ਚੱਕੇਗਾ ਅੱਗੋਂ ਨਜਾਇਜ਼ ਤੇ ਛੋਟੇ ਹੁਣ ਇਹ ਵੀਡੀਓ ਪੁਲਿਸ ਤੰਤਰ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਭਾਰਤੀ ਕਿਸਾਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਏਕਤਾ ਡਕੌਂਦਾ ਵੱਲੋਂ ਬਠਿੰਡਾ CCI ਮੈਨੇਜਮੈਂਟ ਦੇ ਦਫ਼ਤਰ ਬਾਹਰ ਕਪਾਹ ਦੀ ਫਸਲ ਦੀ ਸਰਕਾਰੀ ਖਰੀਦ ਨਾ ਹੋਣ ਨੂੰ ਲੈ ਕੇ ਧਰਨਾ ਦਿੱਤਾ ਗਿਆ ਜਿਸ 'ਚ 4 ਜ਼ਿਲ੍ਹਿਆਂ ਦੇ ਕਿਸਾਨ ਇਕੱਠੇ ਹੋ ਹੱਲਾ ਬੋਲ ਪ੍ਰਦਰਸ਼ਨ ਕਰ ਰਹੇ ਨੇ। ਦੇਖੋ ਅਸੀਂ ਨਰਮੇ ਦੀ ਜਿਹੜੀ ਵੱਡੀ ਪੱਧਰ 'ਤੇ ਲੁੱਟ ਹੋ ਰਹੀ ਹੈ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਪਿਛਲੇ 1.5 ਮਹੀਨੇ ਤੋਂ ਲੁੱਟ ਹੋ ਰਹੀ ਹੈ ਉਸ ਲੁੱਟ ਦੇ ਖਿਲਾਫ਼ ਭਾਰਤੀ ਕਪਾਹ ਨਿਗਮ ਹੈ ਜਿਹੜਾ ਸਰਕਾਰੀ ਤੌਰ 'ਤੇ ਖਰੀਦ ਕਰਦਾ ਇੱਥੇ ਉੱਤਰੀ ਭਾਰਤ ਦਾ ਇਹ ਦਫ਼ਤਰ ਹੈ ਪੂਰੇ ਉੱਤਰੀ ਭਾਰਤ ਦੇ 8 ਸੂਬਿਆਂ ਦਾ ਦਫ਼ਤਰ ਹੈ ਅਸੀਂ ਇਹਦੇ ਅੱਗੇ ਧਰਨਾ ਲਾਇਆ ਜਾਂ ਜੋ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਨਾ ਹੋ ਸਕੇ ਕਿਸਾਨਾਂ ਦੀ ਲੁੱਟ 700-800 ਰੁਪਈਆ ਪਰ ਕੁਇੰਟਲ ਤੋਂ ਹੋ ਰਹੀ ਹੈ ਪਹਿਲਾਂ ਇਹ 1,000-1,200 ਰੁਪਈਆ ਵੀ ਲੁੱਟ ਹੋਈ ਹੈ ਵੱਡੀ ਪੱਧਰ 'ਤੇ ਕਿਸਾਨਾਂ ਦੀ ਲੁੱਟ ਹੋਈ ਹੈ ਅਸੀਂ ਇਸ ਲੁੱਟ ਦੇ ਖਿਲਾਫ਼ ਹੁਣ ਸੰਕੇਤਕ ਧਰਨਾ ਦਿੱਤਾ ਹੈ ਆਉਣ ਵਾਲੇ ਦਿਨਾਂ 'ਚ ਸਾਨੂੰ ਕੋਈ ਸਖ਼ਤ ਐਕਸ਼ਨ ਕਰਨਾ ਪਊਗਾ ਅਸੀਂ ਝਿਜਕਾਂਗੇ ਨਹੀਂ ਸਰਕਾਰ ਦੇ ਅਸੀਂ ਅੱਜ
ਭਾਰਤੀ ਕਿਸਾਨ ਨੂੰ ਏਕਤਾ ਉਗਰਾਹਾਂ ਜਿਹਦੀ ਹਮਾਇਤ 'ਤੇ ਵੀ ਕੇਜੂ ਏਕਤਾ ਡਕਾਉਂਦਾ ਵਾਲੇ ਆਏ ਹੋਏ ਆ ਚਾਰ ਜ਼ਿਲ੍ਹਿਆਂ ਵੱਲੋਂ ਸਾਡੇ ਚਾਰ ਜ਼ਿਲ੍ਹਿਆਂ ਦੇ ਕਿਸਾਨ ਜੋ ਨਰਮਾ ਪੱਟੀ ਦਾ ਚਾਰ ਜ਼ਿਲ੍ਹੇ ਬਣਦੇ ਆ ਬਠਿੰਡਾ ਮਾਨਸਾ ਮੁਕਤਸਰ ਅਤੇ ਫਾਜ਼ਿਲਕਾ ਚਾਰ ਜ਼ਿਲ੍ਹਿਆਂ ਦੇ ਕਿਸਾਨ ਇਹਦੇ ਵਿੱਚ ਸ਼ਾਮਿਲ ਆ ਕਿਉਂਕਿ ਨਰਮੇ ਦੀ ਖਰੀਦ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਆ 250 ਤੋਂ ਲੈ ਕੇ 500 ਰੁਪਇਆ ਕੁਇੰਟਲ ਮਗਲ ਲੁੱਟਿਆ ਜਾ ਰਿਹਾ ਕਿਸਾਨਾਂ ਦਾ ਕਿਉਂਕਿ ਸਰਕਾਰੀ ਖਰੀਦ ਬਿਲਕੁਲ ਬੰਦ ਆ ਹਲੇ ਤੱਕ ਭੋਰਾ ਵੀ ਸਰਕਾਰੀ ਖਰੀਦ ਆ ਜਿਹੜੀ ਕਿਸੇ ਵੀ ਮੰਡੀ ਦੇ ਵਿੱਚ ਇਹਨਾਂ ਨੇ ਸ਼ੁਰੂ ਨੂੰ ਕੀਤੀ ਇਹ CCI ਦੇ ਦਫ਼ਤਰ ਅੱਗੇ ਅਸੀਂ ਆਏ ਹਾਂ ਕਿਉਂਕਿ CCI ਦਾ ਦਫ਼ਤਰ ਹੈ ਜਿਹੜਾ ਇਹ ਸਾਰੇ ਸੰਸਾਰ ਪੱਧਰ 'ਤੇ ਆਪਣੇ ਜਾਣੀ ਐਂ ਕਹਿ ਲਈਏ ਇਹ ਜ਼ੋਨ ਪੱਧਰ ਇੱਥੇ ਹੈਗਾ ਦਫ਼ਤਰ ਇਹਨਾਂ ਦਾ ਜਿਹਦੀ ਡਿਊਟੀ ਬਣਦੀ ਆ ਵੀ ਪੂਰੇ ਮੁਲਕ ਦੇ ਵਿੱਚੋਂ ਇਹਨਾਂ ਨੇ ਨਰਮੇ ਦੀ ਖਰੀਦ ਆ ਜਿਹੜੀ ਸ਼ੁਰੂ ਕਰਨੀ ਹੁੰਦੀ ਹੈ ਪਰ ਹਲੇ ਤੱਕ ਇਹਨੇ ਨਰਮੇ ਦੀ ਖਰੀਦ ਨਹੀਂ ਸ਼ੁਰੂ ਕੀਤੀ ਕਿਉਂਕਿ ਨਰਮੇ ਦਾ ਰੇਟ ਸਰਕਾਰੀ ਤੌਰ 'ਤੇ 450 ਰੁਪਈਏ ਪਰ ਕਿਸਾਨਾਂ ਨੂੰ ਸਿਰਫ 2800 ਤੋਂ ਲੈ ਕੇ 5000 ਤੱਕ ਜਿਹੜਾ ਨਰਮੇ ਦਾ ਰੇਟ ਮਿਲ ਰਿਹਾ ਇਹ ਲੁੱਟ ਨੂੰ ਰੋਕਣ ਖਾਤਰ ਅਤੇ ਤੁਰੰਤ ਸਰਕਾਰੀ ਖਰੀਦ ਆ ਜਿਹੜੀ ਬਿਨਾਂ ਜਿਹੜੀਆਂ ਬੇਲੋੜੀਆਂ ਸ਼ਰਤਾਂ ਲਾਈਆਂ ਉਹ ਸ਼ਰਤਾਂ ਪਾਸੇ ਕਰਕੇ ਸਰਕਾਰੀ ਖਰੀਦ ਆ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਇਸ ਮੰਗ ਨੂੰ ਲੈ ਕੇ ਅਸੀਂ ਇਸ ਦਫ਼ਤਰ ਇਹ ਸਾਨੂੰ ਹੁਣ ਤੱਕ ਦੀਆਂ ਤਾਜ਼ਾ ਖਬਰਾਂ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਚੱਕ ਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।